ਇੰਡੋਸ ਟੀਵੀ 'ਚ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਲਹਿੰਦੇ ਪੰਜਾਬ ਦੇ ਪਿੰਡ ਅਤੇ ਨਾਜ਼ਰੀਨ, ਅੱਜ ਦਾ ਜਿਹੜਾ ਪਿੰਡ ਹੈ ਉਹਦਾ ਨਾਮ ਹੈ ਚੱਕ ਨੰਬਰ 113 ਗਾਫ ਬੇ। ਇਸ ਪਿੰਡ ਦੀ ਸਭ ਤੋਂ ਜ਼ਬਰਦਸਤ ਖਾਸੀਅਤ ਇਹ ਵੇ ਕਿ ਇਹ ਪਿੰਡ ਬੇਸ਼ੱਕ ਛੋਟਾ ਅਤੇ ਮੁਖਤਸਰ ਹੈ, ਪਰ ਇਸ ਪਿੰਡ ਦੇ ਵਿੱਚ ਲੋਕਾਂ ਨੇ ਆਪਣੀ ਮੁਹੱਬਤ ਅਤੇ ਇਤਫਾਕ ਦੇ ਨਾਲ ਬਹੁਤ ਜ਼ਿਆਦਾ ਕੰਮ ਕੀਤਾ ਹੋਇਆ ਹੈ, ਜਿਹੜਾ ਕਿ ਤੁਹਾਨੂੰ ਵੀਡੀਓ ਦੇ ਵਿੱਚ ਨਜ਼ਰ ਵੀ ਆਏਗਾ। ਪਿੰਡ ਦੇ ਵਿੱਚ ਸਿਰਫ ਇੱਕ ਮਸੀਤ ਹੈ ਜਿਹੜੀ ਕਿ ਇਸ ਚੀਜ਼ ਨੂੰ ਜ਼ਾਹਿਰ ਕਰਦੀ ਹੈ ਕਿ ਲੋਕਾਂ ਦਾ ਆਪਸੀ ਇਤਫਾਕ ਅਤੇ ਮੁਹੱਬਤ ਕਿੰਨਾ ਹੈ। ਇਹ ਪਿੰਡ ਜਿਹੜਾ ਹੈ ਇਹ ਵੀ ਗੁਗੇਰਾ ਬ੍ਰਾਂਚ ਦਾ ਪਿੰਡ ਹੈ ਅਤੇ ਇਹ ਪਿੰਡ ਫੈਸਲਾਬਾਦ ਯਾਨੀ ਕਿ ਲਾਇਲਪੁਰ ਸ਼ਹਿਰ ਤੋਂ 19 ਕਿਲੋਮੀਟਰ ਦੀ ਮੁਸਾਫਤ 'ਤੇ, ਜਦਕਿ ਜੜ੍ਹਾਂਵਾਲਾ ਸ਼ਹਿਰ ਤੋਂ ਵੀ ਤਕਰੀਬਨ ਇੰਨਾ ਹੀ ਇਹਦਾ ਫਾਸਲਾ ਬਣਦਾ ਹੈ। ਜੜ੍ਹਾਂਵਾਲਾ ਅਤੇ ਫੈਸਲਾਬਾਦ ਦੇ ਦਰਮਿਆਨ ਦੇ ਵਿੱਚ ਇਹ ਪਿੰਡ ਵੱਸ ਰਿਹਾ ਹੈ। ਇਸ ਪਿੰਡ ਦੇ ਬਾਰੇ 'ਚ ਇਹ ਵੀ ਆਖਿਆ ਜਾਂਦਾ ਹੈ ਕਿ ਇਹ ਪਿੰਡ ਜਿਹੜਾ ਹੈਗਾ, ਇਸ ਪਿੰਡ ਦੇ ਵਿੱਚ ਜਿਹੜੀ ਹਿਸਟਰੀ ਜਿਹੜੀ ਇਹਦੀ ਹੈਗੀ ਹੈ ਉਹ ਸਿੱਖਾਂ ਦੇ ਨਾਲ ਅਟੈਚ ਹੁੰਦੀ ਹੈ, ਯਾਨੀ ਕਿ ਸਿੱਖ ਜਿਹੜੇ ਸੀ ਉਹ ਇਸ ਪਿੰਡ ਦੇ ਵਿੱਚ ਆਬਾਦ ਸੀ, ਲੇਕਿਨ ਉਸ ਤੋਂ ਬਾਅਦ ਪਾਰਟੀਸ਼ਨ ਤੋਂ ਬਾਅਦ ਇੱਥੇ ਆ ਕੇ ਬਾਕੀ ਮੁਖਤਲਿਫ ਕਿਸਮ ਦੀਆਂ ਬਰਾਦਰੀਆਂ ਆ ਕੇ ਵੱਸ ਗਈਆਂ, ਜਿਨ੍ਹਾਂ ਵਿੱਚ ਅਵਾਨ ਬਰਾਦਰੀ ਜਿਹੜੀ ਹੈਗੀ ਹੈ ਉਹ ਸਰੇ ਫਹਿਰਿਸਤ ਹੈਗੀ ਹੈ। ਉਸ ਤੋਂ ਇਲਾਵਾ ਜਿਸ ਤਰ੍ਹਾਂ ਗੋਰੇ ਨੇ 12 ਬਾਤ ਕਰਦੇ ਵਕਤ ਖੂਹ ਸੈਂਟਰ 'ਚ ਰੱਖਿਆ ਅਤੇ ਉਹਦੇ ਆਲੇ ਦੁਆਲੇ ਪਿੰਡ ਬਣਾ ਦਿੱਤਾ, ਇਸੇ ਤਰੀਕੇ ਨਾਲ 113 ਗਾਫਵੇ ਦੇ ਦਰਮਿਆਨ ਦੇ ਵਿੱਚ ਵੀ ਇੱਕ ਖੂਹ ਸੀ, ਜਿਸ ਤੋਂ ਬਾਅਦ ਇਹ ਪੂਰਾ ਪਿੰਡ ਵਸਾ ਦਿੱਤਾ ਗਿਆ। ਇਸ ਪਿੰਡ ਦੇ ਇਰਦ ਗਿਰਦ ਵਾਸੀ ਜਿਹੜੇ ਸੀ ਉਹ ਵਸਣਾ ਸ਼ੁਰੂ ਹੋ ਗਏ। ਇਸ ਪਿੰਡ ਨੂੰ ਵਿਖਾਉਣ ਦਾ ਮਕਸਦ ਇਹ ਹੈਗਾ ਕਿ ਸਾਡੀ ਰੇਤਲ, ਸਾਡਾ ਵਸੇਬ, ਸਾਡਾ ਕਲਚਰ, ਸਾਡਾ ਰਹਿਣ ਸਹਿਣ ਕਿੱਦਾਂ ਦਾ ਹੈ, ਸਾਡੇ ਪਿੰਡਾਂ ਵਾਲਿਆਂ ਦਾ ਯਾਨੀ ਕਿ ਸਾਡੇ ਲਹਿੰਦੇ ਪੰਜਾਬ ਦਾ ਪਿੰਡ ਜਾਂ ਚੜ੍ਹਦੇ ਪੰਜਾਬ ਦਾ ਪਿੰਡ ਹੈ ਉਹਨਾਂ 'ਤੇ ਕੋਮਨ ਚੀਜ਼ ਕਿਹੜੀ ਹੈਗੀ ਹੈ। ਇਸ ਵੀਡੀਓ ਨੂੰ ਜਿਹੜਾ ਜਿਹੜਾ ਵੇਖ ਰਿਹਾ ਹੈ ਜਾਂ ਇਸ ਪਿੰਡ ਨੂੰ ਵੇਖਣ ਤੋਂ ਬਾਅਦ ਚੜ੍ਹਦੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਸਿੱਖ ਭਾਈ ਨੇ ਉਹ ਜ਼ਰੂਰ ਕਮੈਂਟ ਕਰਨ ਕਿ ਉਹਨਾਂ ਨੇ ਇਸ ਪਿੰਡ ਨੂੰ ਵੇਖ ਕੇ ਆਪਣੇ ਆਬਾਓ ਜਦਾਦ ਦੇ ਬਾਰੇ ਕੋਲੋਂ ਕੀ ਸੁਣਿਆ ਹੈਗਾ ਸੀ ਅਤੇ ਇਹ ਪਿੰਡ ਜਿਹੜਾ ਹੈਗਾ ਉਹਨਾਂ ਦਾ ਹੈ ਵੇ, ਇਸ ਪਿੰਡ ਦੇ ਵਿੱਚ ਕਿਹੜੇ ਕਿਹੜੇ ਸਿੱਖ ਰਹਿੰਦੇ ਰਹੇ ਸੀ, ਕਮੈਂਟ ਸੈਕਸ਼ਨ ਦੇ ਵਿੱਚ ਲਾਜ਼ਮੀ ਤੁਸੀਂ ਦੱਸਣਾ ਹੈਗਾ। ਆਓ ਤੁਹਾਨੂੰ ਵਿਖਾਉਂਦੇ ਹਾਂ ਚੱਕ ਨੰਬਰ 113 ਗਾਫ ਪੇ। ਪਿੰਡ ਦਾ ਨਾਮ ਹੈਗਾ ਚੱਕ ਨੰਬਰ 113 ਗਾਫਵੇ ਗੋਬਿੰਦਪੁਰਾ। ਪਿੱਛੇ ਇਹਦੀ ਹੈ ਕਿ ਸਾਡਾ ਪਿੰਡ ਜਿਹੜਾ ਨਾ ਮੱਖੋਆਣੇ ਤੋਂ ਤਕਰੀਬਨ 6.5 ਕਿਲੋਮੀਟਰ 'ਤੇ ਆ, ਨਾਲੀ ਨਾ ਤਕਰੀਬਨ 6.5 ਕਿਲੋ ਦਾ ਕੱਡਾ ਵਾ ਮੱਖੋਆਣਾ, ਫੈਸਲਾਬਾਦ ਤੋਂ ਤਕਰੀਬਨ 19.5 ਕਿਲੋਮੀਟਰ 'ਤੇ ਆ, ਜੜ੍ਹਾਂ ਨੂੰ ਜਿਹੜਾ ਨਾ 30 ਕਿਲੋਮੀਟਰ 'ਤੇ ਆ। ਉਹ ਕੋਈ ਲੋਕ ਬੈਗਨਾਂ ਵਾ ਰਕਸ਼ਿਆਂ ਵਗੈਰਾ 'ਤੇ ਬਹਿ ਕੇ ਮੱਖੋਆਣੇ ਆ ਜਾਂਦੇ ਆ, ਮੱਖੋਆਣੇ ਤੋਂ ਬਹਿ ਕੇ ਸਾਡੇ ਪਿੰਡ ਨੂੰ ਰਕਸ਼ੇ ਲੱਗੇ ਹੋਏ ਆ ਅਤੇ ਉਹ ਰਕਸ਼ਿਆਂ ਦੇ ਵਿੱਚ ਬਹਿ ਕੇ 13.5 ਚੱਕ ਜਾ ਜਾਂਦੇ ਆ। ਅਗਰ ਜੜ੍ਹਾਂ ਨੇ ਉਹ ਕਿਸੇ ਨੇ ਆਉਣਾ ਹੋਵੇ ਤਾਂ ਉਹ ਵੀ ਮੱਕੂਆਣੇ ਹੀ ਆਉਂਦੇ ਬੈਗ ਨਾਲ, ਉਹ ਮੱਕੂਆਣੇ ਬਹਿ ਕੇ ਤਾਂ ਫਿਰ ਸਾਡੇ ਪਿੰਡ ਆ ਜਾਂਦੇ। ਇਹ ਗੋਬਿੰਦਪੁਰਾ ਜੀ ਉਹਦਾ ਇਹ ਸਿੱਖਾਂ ਦਾ ਪਿੰਡ ਸੀ ਸਾਡਾ ਪਹਿਲੇ, ਅਤੇ ਇਹ ਗੋਬਿੰਦਪੁਰਾ ਉਹਨਾਂ ਦਾ ਹੀ ਨਾਮ ਰੱਖਿਆ ਗੋਬਿੰਦਪੁਰਾ।
ਇਹ ਗੋਬਿੰਦਪੁਰੇ ਦੀ ਹਿਸਟਰੀ ਜਿਹੜੀ ਉਹ ਪਿੱਛੇ ਉਹ ਨਹੀਂ ਸਾਨੂੰ ਮਾਲੂਮ ਹੈਗੀ ਕੀ ਹੈ, ਕਿਉਂਕਿ ਸਾਡਾ ਪਿੰਡ ਜਿਹੜਾ ਨਾ ਸਿੱਖ ਇੱਥੇ ਪਹਿਲੇ ਆਬਾਦ ਸੀ। ਇੱਥੇ ਪਿੰਡ 'ਚ ਸਾਡੇ ਚਬਾਰਾ ਵਗੈਰਾ ਸੀਗੇ, ਖੂਹ ਸੀਗੇ ਅਤੇ ਮੇਨ ਬਾਜ਼ਾਰ 'ਚ ਖੂਹ ਸੀ। ਸਾਡੇ ਪਿੰਡ ਦੀ ਜਿਹੜੀ ਕਟਿੰਗ ਆ ਨਾ ਇੱਕ ਘੰਟਾ ਘਰ ਦੀ ਕਟਿੰਗ ਦੇ ਉੱਤੇ ਕੈਂਟਕ ਬਣੀ ਸੀ। ਹਾਂਜੀ, ਤੁਸੀਂ ਜਿਸ ਮਰਜ਼ੀ ਬਾਜ਼ਾਰ ਦੇ ਵਿੱਚ ਜਾਓਗੇ ਮੁੜ ਕੇ ਇਸ ਖੂਹ ਵਾਲੇ ਚੌਂਕ ਦੇ ਵਿੱਚ ਹੀ ਆਓਗੇ। ਉਹ ਕਈ ਦਫ਼ਾ ਕੋਈ ਚੀਜ਼ਾਂ ਵੇਚਣ ਵਾਸਤੇ ਆਉਂਦੇ ਆ, ਉਹ ਜਿਹੜੇ ਬਾਜ਼ਾਰ ਵੱਜਦੇ ਬਣ ਕੇ ਇੱਥੇ ਹੀ ਨਿਕਲੇ ਹੁੰਦੇ ਆ। ਅਤੇ ਇਹ ਖੂਹ ਮੇਨ ਖੂਹ ਸੀ ਇੱਥੇ, ਅਤੇ ਉਹ ਖੂਹ ਦਾ ਚਾਰ ਛਫੇਰੇ ਉਹਦੀ ਕਟਿੰਗ ਹੈਗੀ ਆ। ਲੰਬੜਦਾਰੀ ਦਾ ਸਿਸਟਮ ਜਦੋਂ ਤੋਂ ਇਹ ਪਿੰਡ ਤਕਰੀਬਨ ਆਬਾਦ ਹੋਇਆ ਅਤੇ ਉਦੋਂ ਤੋਂ ਹੀ ਸਿਸਟਮ ਚੱਲ ਰਿਹਾ। ਦੋ ਲੰਬੜਦਾਰੀਆਂ ਵਾ ਸਾਡੇ ਪਿੰਡ ਦੀਆਂ, ਦੋ ਬਸਤੀਆਂ ਵਾ, ਇੱਕ ਛੋਟੀਆਂ 13 ਇੱਕ ਵੱਡੀਆਂ 13। ਇੱਕ ਜਿਹੜੀ ਨੰਬਰਦਾਰੀ ਉਹ ਛੋਟੀਆਂ 13 ਨੂੰ ਦਿੱਤੀ ਹੈ, ਇੱਕ ਨੰਬਰਦਾਰੀ ਜਿਹੜੀ ਆ ਉਹ ਸਾਡੇ ਕੋਲ ਇੱਥੇ, ਇੱਕ ਨੰਬਰਦਾਰੀ ਜਿਹੜੀ ਆ ਉਹ ਜਦੋਂ ਬੰਦਾ ਫੌਤ ਹੋ ਜਾਂਦਾ ਵਾ ਉਹ ਤਬਦੀਲ ਹੋ ਜਾਂਦੀ ਹੈ। ਦੂਸਰੀ ਜਿਹੜੀ ਨੰਬਰਦਾਰੀ ਉਹਨੂੰ ਗੌਰਮੈਂਟ ਨੇ 10 ਏਕੜ ਰਕਬਾ ਵੀ ਦਿੱਤਾ ਹੈ, ਉਹ ਗਾਂ ਬੇਟੇ ਨੂੰ ਮਿਲ ਜਾਂਦੀ, ਉਸ ਤੋਂ ਬਾਅਦ ਉਹਦੇ ਬੇਟੇ ਨੂੰ ਮਿਲ ਜਾਂਦੀ ਆ। ਉਹ ਜਿੱਦਾਂ ਕਹਿੰਦਾ ਉਹ ਜੱਦੀ ਪੁਸ਼ਤੀ ਨੰਬਰਦਾਰੀ ਆ ਉਹ ਹੈਗੀ ਹੈ, ਅਤੇ ਦੂਸਰੀ ਨੰਬਰਦਾਰੀ ਜਦੋਂ ਨੰਬਰਦਾਰ ਫੌਤ ਹੁੰਦਾ ਉਹ ਐਗਜੈਕਟ ਦੂਸਰੇ ਬੰਦੇ ਨੂੰ ਕੋਈ ਕੇਸ ਵਗੈਰਾ ਕਰਦੇ ਉਹਨੂੰ ਤਬਦੀਲ ਹੋ ਜਾਂਦੀ। ਨਹੀਂ ਸਾਡੇ ਪਿੰਡਾਂ 'ਚ ਨੰਬਰਦਾਰੀ ਸਿਸਟਮ ਨਹੀਂ ਚੱਲਦਾ, ਉਹ ਥਾਣਾ ਕਲਚਰ ਹੈਗਾ ਵਾ, ਅਤੇ ਸਾਡੇ ਪਿੰਡਾਂ ਦੇ ਵਿੱਚ ਜ਼ਿਆਦਾ ਨੰਬਰਦਾਰੀ ਦੇ ਨਹੀਂ। ਨੰਬਰਦਾਰ ਸਿਰਫ ਇਸ ਹੱਦ ਤੱਕ ਮਹਦੂਦ ਰਹਿ ਗਿਆ ਕਿ ਕੋਈ ਫਾਰਮ 'ਤੇ ਮੋਹਰ ਲਾ ਦਿਓ, ਕੋਈ ਕਿਤੇ ਜਾ ਕੇ ਗਵਾਹੀ ਪਵਾ ਦਿਓ, ਨੰਬਰਦਾਰ ਸਿਰਫ ਹੁਣ ਇਸ ਹੱਦ ਤੱਕ ਹੀ ਮਹਦੂਦ ਆ ਬਸ। ਸਾਡੇ ਪਿੰਡ ਦਾ ਤਕਰੀਬਨ 2 ਮਰਬੇ ਰਕਬਾ ਵਾ ਜੀ, ਜਿਹਦੇ ਵਿੱਚ ਪਿੰਡ ਆਬਾਦ ਆ। ਉਹਦੇ ਵਿੱਚ ਤਕਰੀਬਨ 1 ਮਰਬਾ ਜਿਹੜਾ ਉਹ ਛੋਟੀਆਂ 13 ਦਾ ਅਤੇ 2 ਮਰਬਾ 1000 ਘਰ ਦੇ ਉੱਪਰ ਸਾਡਾ ਇਹ ਪਿੰਡ ਆਬਾਦ ਆ। ਅਤੇ ਇਹਦੀ ਆਬਾਦੀ ਜਿਹੜੀ ਤਕਰੀਬਨ 4000 ਵੋਟ ਆ, ਇਹਦੀ 4000 ਵੋਟ ਆ, ਛੋਟੀ ਅਤੇ ਵੱਡੀ ਆਬਾਦੀ ਦੀ ਪਾ ਕੇ 4000 ਵੋਟ ਆ। ਸਾਡੇ ਪਿੰਡ ਦੇ ਵਿੱਚ ਜੀ 54 ਮਰਬੇ ਜਿਹੜੇ 54 ਮਰਬੇ ਕਾਸ਼ਤਕਾਰੀ ਦੇ ਕੋਲ ਆ ਅਤੇ 3 ਮਰਬੇ ਸਾਡਾ ਪਿੰਡ ਆ। ਜ਼ਿਆਦਾਤਰ ਲਾਗੂ ਸਾਡੇ ਹੈਗੇ ਮੁਲਾਜ਼ਮ ਪੇਸ਼ਾ, ਜ਼ਮੀਨਾਂ ਸਾਡੇ ਲੋਕਾਂ ਕੋਲ ਹੈਗੀਆਂ ਥੋੜ੍ਹੀਆਂ, ਕਿਸੇ ਕੋਲ 5 ਕਿੱਲੇ ਆ, ਕਿਸੇ ਕੋਲ 7 ਕਿੱਲੇ ਆ। ਸਾਡੇ ਪਿੰਡ ਦਾ ਵੱਡਾ ਤੋਂ ਵੱਡਾ ਜ਼ਿਮੀਂਦਾਰ ਜਿਹੜਾ ਉਹ 15-16 ਏਕੜ ਦਾ ਨਾ ਰਕਬੇ ਦਾ ਮਾਲਕ। ਹਾਕੀ ਦਾ ਤਾਂ ਜੀ ਹੁਣ ਨਾਮੋ ਨਿਸ਼ਾਨ ਹੀ ਖਤਮ ਹੋ ਗਿਆ, ਬੱਚੇ ਕ੍ਰਿਕਟ ਦੇ ਤਾਂ ਫੁੱਟਬਾਲ ਦੇ ਸ਼ੌਕੀਨ ਆ। ਅਤੇ ਫੁੱਟਬਾਲ ਦੀ ਸਾਡੇ ਪਿੰਡ ਦੀ ਅੱਛੀ ਟੀਮ ਆ, ਕ੍ਰਿਕਟ ਦੀ ਅੱਛੀ ਟੀਮ ਆ, ਬਾਹਰੋਂ ਵੀ ਟੀਮਾਂ ਆਉਂਦੀਆਂ ਸਾਡੇ ਇੱਥੇ ਗਰਾਊਂਡ 'ਚ ਖੇਡਣ, ਸਕੂਲ ਦਾ ਗਰਾਊਂਡ ਆ, ਬੱਚੇ ਉੱਥੇ ਖੇਡਦੇ ਆ। ਅਤੇ ਪਿੰਡ ਦੀਆਂ ਟੀਮਾਂ ਵੀ ਬਣ ਕੇ ਸਾਡੇ ਉਹ ਬਾਹਰ ਜਾਂਦੀਆਂ ਆਉਂਦੀਆਂ ਵਾ, ਅਤੇ ਕ੍ਰਿਕਟ ਤਾਂ ਜ਼ਿਆਦਾ ਫੁੱਟਬਾਲ ਦੇ ਸ਼ੌਕੀਨ ਆ। ਸਾਡੇ ਪਿੰਡ 'ਚ ਸਭ ਤੋਂ ਜ਼ਿਆਦਾ ਬੈਠੀ ਅਵਾਨ ਬਰਾਦਰੀ, ਅਤੇ ਤਕਰੀਬਨ ਕੋਈ 35-40 ਘਰ ਜਿਹੜੇ ਉਹ ਜੱਟ ਬਰਾਦਰੀ ਦੇ ਬੈਠੇ ਆ, ਕੋਈ 15-20 ਘਰ ਗੁੱਜਰ ਬਰਾਦਰੀ ਦੇ ਬੈਠੇ ਆ, ਬਾਕੀ ਜੋ ਮਤਲਬ ਮਲਕ ਧੋਬੀ ਜੇ ਵੋ ਥੋੜ੍ਹੇ 5-5, 7-7 ਘਰ ਉਹਨਾਂ ਦੇ ਬੈਠੇ ਆ। ਸਭ ਤੋਂ ਜ਼ਿਆਦਾ ਅਵਾਨ ਬਰਾਦਰੀ ਦਾ ਪਿੰਡ ਆ ਸਾਡਾ। ਸਾਡੇ ਪਿੰਡ ਬੱਚਿਆਂ ਦਾ ਜੀ ਹਾਈ ਸਕੂਲ ਆ, ਬੱਚਿਆਂ ਦਾ ਮਿਡਲ ਸਕੂਲ ਆ, ਬਾਕੀ 2 ਸਕੂਲ ਜਿਹੜੇ ਆ ਉਹ ਪ੍ਰਾਈਵੇਟ ਤੌਰ 'ਤੇ ਬਣੇ ਹੋਏ ਆ, ਅਤੇ ਉਹ ਪ੍ਰਾਈਵੇਟ ਤੌਰ 'ਤੇ ਚੱਲ, ਜਿਹੜੇ ਪ੍ਰਾਈਵੇਟ ਤੌਰ 'ਤੇ ਸਕੂਲ ਬਣੇ ਉਹਨਾਂ ਦੀ ਮਾਸ਼ਾਅੱਲਾ ਤਾਦਾਦ ਕਾਫੀ ਤਾਦਾਦ ਆ। ਅਤੇ ਮਸਜਿਦ ਸਾਡੇ ਪਿੰਡ 'ਚ ਪੂਰੀ ਬਸਤੀ ਦੇ ਵਿੱਚ 1 ਮਸਜਿਦ ਆ, ਦੂਸਰੀ ਮਸਜਿਦ ਕੋਈ ਨਹੀਂ, 1 ਮਦਰਸਾ ਵਾ, 1 ਮਸਜਿਦ ਆ। ਅਸੀਂ ਬੱਚੇ ਮੁੰਡਿਆਂ ਨੇ ਰਲ ਰਲ ਕੇ ਨਾ ਇੱਕ ਸੁਸਾਇਟੀ ਬਣਾਈ, ਉਹਦਾ ਨਾਮ ਰੱਖਿਆ ਜਾਮੀਆ ਨੂਰ ਸਲਾਮ। ਉਹ ਸੁਸਾਇਟੀ ਚੱਲ ਰਹੀ ਆ, ਜਿਹਦੇ ਵਿੱਚ ਮੁੰਡੇ ਕੰਮ ਵੀ ਕਰ ਰਹੇ ਮਾਸ਼ਾਅੱਲਾ, ਜਿਹਦੇ ਵਿੱਚ ਅਸੀਂ ਪਿੰਡ ਦੀ ਲੈਟਿੰਗ ਵਗੈਰਾ ਕੀਤੀ ਆ, ਮੁਕੱਦਸ ਕਾਗਜ਼ ਵਾਸਤੇ ਹਰ ਖੰਭੇ ਦੇ ਉੱਪਰ ਅਸੀਂ ਉਹ ਕੈਨਾਂ ਵਗੈਰਾ ਲਗਾਈਆਂ ਹੋਈਆਂ, ਮੁੜ ਕੇ ਹਰ ਚੌਕ ਦੇ ਵਿੱਚ ਜਿਹੜਾ ਖੰਭਾ ਵਾ ਉਹਦੇ ਉੱਪਰ ਸਲੈਬਟਾਂ ਲਾਈਆਂ, ਉੱਤੇ ਲਿਖਿਆ ਗਲੀ ਦਾ ਨਾਮ ਲਿਖਿਆ, ਮਾਰਕਿੰਗ ਕੀਤੀ ਹੋਈ ਆ, ਹਰ ਘਰ ਦੀ ਮਾਰਕਿੰਗ ਕੀਤੀ ਹੋਈ ਆ। ਇਸ ਤਰ੍ਹਾਂ
ਉੱਤੇ ਇੱਕ ਨੰਬਰ ਘਰ, ਦੋ ਨੰਬਰ ਘਰ, ਤਿੰਨ ਨੰਬਰ, ਪੂਰੀ ਬਸਤੀ ਦੀ ਮਾਰਕਿੰਗ ਕੀਤੀ ਆ। ਉਹਦੀ ਬਕਾਇਦਾ ਸਾਡੇ ਕੋਲ ਲਿਸਟ ਮੌਜੂਦ ਆ। ਸਾਡੇ ਕੋਲ ਜਿਸ ਤਰ੍ਹਾਂ ਸ਼ਹਿਰਾਂ ਦਾ ਨਿਜ਼ਾਮ ਹੈਗਾ ਵਾ, ਇਸ ਤਰ੍ਹਾਂ ਨਾ ਸੁਬਾਹ ਨੂੰ ਇੱਕ ਬੰਦਾ ਆਉਂਦਾ ਵਾ, ਉਹ ਹਰ ਘਰ ਦਾ ਦਰਵਾਜ਼ਾ ਖੜਕਾਉਂਦਾ ਵੀ ਕੂੜਾ ਲੈਣ ਵਾਸਤੇ, ਅਤੇ ਕੂੜਾ ਦੇ ਦਿਓ, ਕੂੜਾ ਇਕੱਠਾ ਕਰਦਾ ਵਾ। ਇੱਕ ਭਾਈ ਬੰਦਾ ਆਉਂਦਾ ਵਾ, ਉਹ ਨਾ ਪਾਣੀ ਦੀ ਕੈਨ ਲੈ ਕੇ ਆਉਂਦਾ ਵਾ, ਉਹਨੇ ਟੈਂਕੀ ਬਣਾਈ ਮੋਟਰਸਾਈਕਲ 'ਤੇ, ਉਹ ਘਰ ਘਰ ਪਾਣੀ ਦਿੰਦਾ ਵਾ। ਚੌਕੀਦਾਰਾਂ ਦਾ, ਪਠਾਣਾਂ ਦਾ ਨਿਜ਼ਾਮ ਆ, ਰਾਤ ਨੂੰ ਚੌਕੀਦਾਰ ਪਹਿਰਾ ਦਿੰਦੇ ਆ। ਫਿਰ ਇਸ ਤਰ੍ਹਾਂ ਦੇਖੋ ਨਾ, ਜਿਸ ਤਰ੍ਹਾਂ ਗੰਦ ਪਿਆ ਵਾ, ਇਸ ਤਰ੍ਹਾਂ ਇੱਕ ਬੰਦੇ ਨੇ ਆਉਣਾ ਵਾ, ਉਹਨੇ ਡੇਲੀ ਨਾ ਰੇਹੜੀ ਲੈ ਕੇ ਆਉਣੀ, ਉਹਨੇ ਜਿੱਥੇ ਜਿੱਥੇ ਜਮਾਦਾਰਾਂ ਨੇ ਗਾਰਾ ਕੱਢਿਆ, ਉਹਨੇ ਉਹ ਗਾਰਾ ਚੱਕ ਕੇ ਸਫਾਈ ਕਰਨੀ ਆ। ਮੇਨ ਬਾਜ਼ਾਰ 'ਚ ਸਫਾਈ ਕਰਦੇ ਆ ਉਹ। ਇਸ ਤਰ੍ਹਾਂ ਦਾ ਨਿਜ਼ਾਮ ਅਸੀਂ ਉਹ ਜਿਹੜੀ ਸੁਸਾਇਟੀ ਉਹ ਬਣਾਈ ਆ। ਸਾਡੇ ਜੀ ਯਕੂਬ ਨੰਬਰਦਾਰ ਸਾਹਿਬ ਆ, ਉਹਨਾਂ ਦੀ ਤਕਰੀਬਨ ਬਚਪਨ ਤੋਂ ਹੀ ਬਹੁਤ ਦਿਲਚਸਪੀ ਹੈ ਪਿੰਡ ਦੇ ਨਾਲ। ਉਹਨਾਂ ਨੇ ਬਿਜਲੀ ਵਗੈਰਾ ਦਾ ਨਿਜ਼ਾਮ, ਸੂਈ ਗੈਸ ਦਾ ਨਿਜ਼ਾਮ ਵਗੈਰਾ, ਇਹ ਸਾਰਾ ਉਹਨਾਂ ਦਾ ਹੀ ਕਾਰਨਾਮਾ। ਮੁੜ ਕੇ ਸਾਡੇ ਜਿਹੜੇ ਆਪਣੇ ਸੁਪਰੀਮ ਕੋਰਟ ਦੇ ਅਟਾਰਨੀ ਜਨਰਲ ਆ, ਉਹ ਸਾਡੀ ਬਸਤੀ ਦੇ ਮਾਸ਼ਾਅੱਲਾ ਲੰਬੜਦਾਰ ਦੇ ਬੇਟੇ ਆ, ਜਵੇਦ ਅਲਵੀ ਉਹਨਾਂ ਦਾ ਨਾਮ ਆ। ਉਹ ਅਟਾਰਨੀ ਜਨਰਲ ਦੇ ਡਿਪਟੀ ਅਟਾਰਨੀ ਜਨਰਲ ਹੈਗੇ ਆ ਸੁਪਰੀਮ ਕੋਰਟ ਦੇ, ਅਤੇ ਉਹ ਸਾਡੇ ਇਸ ਬਸਤੀ ਦੇ ਆ। ਬਾਹਰ ਉਹਨਾਂ ਨੇ ਡੇਰਾ ਵਗੈਰਾ ਬਣਾਇਆ ਵਾ, ਅਤੇ ਮਾਸ਼ਾਅੱਲਾ ਵਕਾਲਤ ਕਾਫੀ ਬੱਚੇ ਕਰਦੇ ਆ।